गणतंत्र दिहाड़े मौके पंजाब दे सूबा पद्धरे प्रोग्राम विच वख-वख झांकियां देखने नूं मिले। झांकियां राहीं सूबा सरकार वड्डे वड्डे महकमे जिथे राष्ट्रगान करदे देखे गए उत्थे कोविड 19 तों लड़न दे लई पंजाब दे सिहत महकमे वल्लों भी कम्मां नूं लै के झांकियां दर्शाईआं गईआं। वख-वख देख सकदे हो कि 26 जनवरी मौके 72वां गणतंत्र दिहाड़ा मनाया जा रहा। 72वें गणतंत्र दिवस दे मौके ते पंजाब दे राजपद्री प्रोग्राम दे विच कई झाकियां कढ़ियां गईआं। इहदे विच खेतीबाड़ी ते किसान भलाई विभाग वल्लों भी इक झाकी कढ़ी गई जिहड़ी बड़ी खूबसूरत है ते बड़ी अनमोल है। इही कारण है कि पहला जिहड़ा है दर्जा इहनां नूं मिलिआ ते तुसीं इह देखोगे भी कि किस तरह दर्शाउण दी कोशिश कीती गई है कि आखिर इह विभाग की काम करदा है। साडे नाल चीफ एग्रीकल्चर ऑफिसर ने राजेश कुमार रहेजा जी, उन्होंने तो जानते किस तरह तैयारियां की गई क्योंकि हर एक चीज दर्शाने की इहदे विच कोशिश की गई तो एक झाकी के जरिए बड़ा मुश्किल हो जाता है। खड़ी पराली ही बिजाई कर दें कणक की अग ना लाण करके साडे विभाग की जिहड़ी मशीन दित्तियां उन्होंने प्रमुख मशीन जिहड़ियां तीन आपां डिस्प्ले कीतियां ने। सब तो पहले हैप्पी सीडर है, दैन उल्टावा हल मोड बोर्ड प्रो है, दैन जीरो ट्रेल ड्रिल है। बेलर रेकर दे नाल जिहड़ियां आपां पराली दियां गठां बनाईआं ने, पंज मशीनां आपां इत्थे दित्तियां ने जिले दे विच। उहदे नाल जिहड़ी पराली दी गठां आपां उत्तराखंड तक पहुंचाईआं ने, उहदियां ब्रिकट्स भी बनदियां, उहदियां कैटल वास्ते फीड भी बनदी है, कैटल दी बैडिंग वास्ते भी है, ਤਾਂ ਕਿ ਕਿਸਾਨ ਜਿਹੜਾ ਪਰਾਲੀ ਦਾ ਆਪਟੀਮਮ ਯੂਜ਼ ਕਰੇ ਔਰ ਪਰਾਲੀ ਨੂੰ ਅੱਗ ਨਾ ਲਾਏ। ਐਤਕੀ ਆਪਾਂ ਇਸ ਵਿਭਾਗ ਦੀ ਇੱਕ ਹੋਰ ਕਾਮਯਾਬੀ ਸੀ ਸਿੱਧੀ ਬਿਜਾਈ ਦੇ ਵਿੱਚ। ਐਤਕੀ ਕਰੋਨਾ ਕਰਕੇ ਸਾਡੇ ਕੋਲ ਬਹੁਤ ਹੀ ਲੇਬਰ ਦੀ ਪ੍ਰੋਬਲਮ ਆ ਗਈ ਸੀ, ਲੇਬਰ ਦੀ ਪ੍ਰੋਬਲਮ ਕਰਕੇ ਵੀ ਕੱਦੂ ਕਰਕੇ ਵੀ ਕੱਦੂ ਤੋਂ ਪਾਣੀ ਦੀ ਐਫੀਸ਼ੀਐਂਸੀ ਵੀ ਜਿਹੜੀ ਆਪਾਂ ਵਧਾਉਣੀ ਸੀ ਵੀ ਜਿਹੜਾ ਪਾਣੀ ਵੇਸਟ ਨਾ ਜਾਵੇ, ਉਹਦੇ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਪਾਂ ਸਿੱਧੀ ਬਿਜਾਈ ਜਿਹੜੀ ਹੈ ਝੋਨੇ ਦੀ ਕਰਾਈ। ਉਸ ਤੋਂ ਬਾਅਦ ਆਪਾਂ ਪਰਾਲੀ ਨੂੰ ਮੈਨੇਜਮੈਂਟ ਦੇ ਲਈ 1,10,00,000 ਰੁਪਏ ਦੇ ਆਪਾਂ ਰਾਸ਼ੀ ਨਾਲ ਕਿਸਾਨਾਂ ਨੂੰ ਸਬਸਿਡੀ ਦਿੱਤੀ। ਸਾਡਾ ਮੇਨ ਮੋਟਿਵ ਇਹ ਸੀ ਵੀ ਗਰੁੱਪਾਂ ਦੇ ਵਿੱਚ ਇਹ ਦਿੱਤੀ ਜਾਵੇ ਤਾਂ ਜੋ ਕਿਸਾਨ ਕਿਰਾਏ ਤੇ ਲੈ ਕੇ ਇਹਨੂੰ ਜ਼ਿਆਦਾ ਪੈਸੇ ਖੁਦ ਨਾ ਖਰਚਣ, ਕਿਰਾਏ ਤੇ ਲੈ ਕੇ ਥੋੜੇ ਜਿਹੇ 400 ਤੋਂ ਲੈ ਕੇ 2,000 ਰੁਪਏ ਤੱਕ ਸਾਡਾ ਖਰਚਾ ਹੈਗਾ ਵਾ। ਜੇ ਉਹਦਾ ਆਪਣਾ ਟਰੈਕਟਰ ਲੈਂਦਾ ਤਾਂ ਉਹਦੀ ਕੋਸਟ ਹੋਰ ਘੱਟ ਜਾਂਦੀ ਹੈ, ਜੇ ਉਹ ਟਰੈਕਟਰ ਵੀ ਨਾਲ ਲੈਂਦਾ ਤਾਂ ਥੋੜੀ ਜਿਹੀ ਕੋਸਟ 2,000 ਰੁਪਏ ਤੱਕ ਚੱਲ ਜਾਂਦੀ ਹੈ। ਉਹਦੇ ਨਾਲ ਜਿਹੜੀ ਕਣਕ ਦੀ ਬਿਜਾਈ ਜਿਹੜੀ ਹੈ ਕਰ ਸਕਣ ਤੇ ਆਪਣੀ ਵਾਤਾਵਰਨ ਨੂੰ ਸ਼ੁੱਧ ਰੱਖ ਸਕਣ। ਇਸ ਦੇ ਨਾਲ ਇੱਕ ਹਾਰਟੀਕਲਚਰ ਦਾ ਵੀ ਇੱਕ ਸ਼ੋ ਕੀਤਾ ਵਾ, ਪੋਲੀ ਹਾਊਸ ਤੇ ਬੀ ਕੀਪਿੰਗ ਡਾਇਵਰਸਿਫਿਕੇਸ਼ਨ ਦੇ ਵਿੱਚ ਬੀ ਕੀਪਿੰਗ ਜਿਹੜਾ ਵਾ ਉਹ ਮਤਲਬ ਕਿ ਕਿਸਾਨਾਂ ਨੂੰ ਜ਼ਿਆਦਾ ਜਿਹੜੀ ਆਮਦਨ ਮਿਲ ਸਕੇ ਆਪਣੀ ਖੇਤੀਬਾੜੀ ਦੇ ਨਾਲ, ਤੇ ਨਾਲ ਹੀ ਪੋਲੀ ਹਾਊਸ ਦੇ ਵਿੱਚ ਆਕਸੀਜਨ ਵੈਜੀਟੇਬਲ ਜਿਹੜੀਆਂ ਨੇ ਉਹ ਉਗਾ ਕੇ ਕਿਸਾਨ ਜਿਹੜੀ ਹੈ ਕਮਾਈ ਜਲਦੀ ਕਰ ਸਕੇ। ਦੇਖੋ ਹਾਂਜੀ, ਦੀ ਗੱਲ ਕਰੀਏ ਤਾਂ ਪੰਜਾਬ ਦੇ ਹਰੀ ਦੀ ਜਿਵੇਂ ਦੇਸ਼ ਭਰ ਦੇ ਵਿੱਚ ਤਾਰੀਫਾਂ ਹੋ ਗਈਆਂ, ਜਦੋਂ ਗੁਣਵੱਤਾ ਚੈੱਕ ਹੋਈ ਉਹਦੇ ਵਿੱਚ ਵੀ ਪਹਿਲੇ ਨੰਬਰ ਤੇ ਆਇਆ ਪੰਜਾਬ ਦਾ ਜਿਹੜਾ ਹਨੀ ਹੈ, ਉਸ ਨੂੰ ਕਿਸ ਤਰ੍ਹਾਂ ਦੇਖੋ? ਪੰਜਾਬ ਦੇ ਵਿੱਚ ਹਨੀ ਬੀ ਕੀਪਿੰਗ ਨੂੰ ਜਿਹੜਾ ਜ਼ਿਆਦਾ ਉਤਸ਼ਾਹਿਤ ਕਰਿਆ ਜਾ ਰਿਹਾ ਕਿਉਂਕਿ ਇਹਦੀ ਗੁੱਡ ਕੁਆਲਿਟੀ ਦੇ ਵਿੱਚ ਬਾਗਬਾਨੀ ਵਿਭਾਗ ਇਹਨੂੰ ਜਿਹੜੀ ਕਿਸਾਨਾਂ ਨੂੰ ਸਬਸਿਡੀ ਤੇ ਬਕਸੇ ਦੇ ਰਿਹਾ ਵਾ, ਤੇ ਫਿਰ ਇਹਨੂੰ ਸਰਦੀਆਂ ਦੇ ਵਿੱਚ ਥੋੜਾ ਜਿਹਾ ਸ਼ੂਗਰ ਵੀ ਪਾਈ ਜਾਂਦੀ ਹੈ ਤਾਂ ਕਿ ਮੱਖੀਆਂ ਜਿਹੜੀਆਂ ਉਹਨੂੰ ਰਿਟੇਨ ਕਰ ਸਕਣ ਤੇ ਇਸ ਵੇਲੇ ਮਤਲਬ ਕਿ ਕਿਸਾਨ ਦੀ ਜਿਹੜੀ ਹੈ ਇਹਦੀ ਆਮਦਨ ਜਿਹੜੀ ਵੱਧ ਸਕੇ। ਬਿਲਕੁਲ, ਤਾਂ ਤੁਸੀਂ ਦੇਖੋਗੇ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਪਰਾਲੀ, ਕਿਉਂਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਇਹ ਮੁੱਦਾ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਪਰਾਲੀ ਜਲਦੀ ਹੈ, ਇਹੀ ਕਾਰਨ ਹੈ ਕਿ ਦਿੱਲੀ ਤੇ ਹੋਰ ਜਿਹੜੇ ਸਟੇਟਸ ਨੇ ਉੱਥੇ ਪ੍ਰਦੂਸ਼ਣ ਹੁੰਦਾ ਹੈ, ਪਰ ਇਸ ਵਾਰ ਪਰਾਲੀ ਘੱਟ ਜਲੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਈ ਇਨੀਸ਼ੀਏਟਿਵ ਜਿਹੜੇ ਆ ਉਹ ਲਏ ਗਏ ਸੀਗੇ। ਸਾਡੇ ਨਾਲ ਹੋਰ ਵੀ ਆਫੀਸਰਸ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਹੋਰ ਕਿਸ ਤਰ੍ਹਾਂ, ਕਿਉਂਕਿ ਕੋਵਿਡ-19 ਦੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਉਸ ਵਿੱਚ ਕਿਸ ਤਰ੍ਹਾਂ ਵਿਭਾਗ ਨੇ ਜਿਹੜੀ ਹੈ ਮਦਦ ਕੀਤੀ ਪੁੱਛਣਾ। ਹਾਂਜੀ, ਇਹ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਸਾਡੀਆਂ ਖੇਤੀ ਇਨਪੁੱਟਸ ਸੀ, ਚਾਹੇ ਉਹ ਖਾਦ ਸੀ, ਦਵਾਈ ਸੀ ਜਾਂ ਮਸ਼ੀਨਰੀ ਸੀ, ਕੋਵਿਡ ਦੇ ਦੌਰਾਨ ਸਾਰਿਆਂ ਦੇ ਪਾਸ ਬਣਾ ਕੇ ਉਹਨਾਂ ਨੂੰ ਬੁਲਾ ਕੇ ਈਵਨ ਅਸੀਂ ਡੋਰ ਸਟੈਪ ਸਰਵਿਸ ਦੇ ਕੇ ਇਹ ਜਿਹੜੀ ਸੁਵਿਧਾਵਾਂ ਹੈ ਕਿਸਾਨਾਂ ਨੂੰ ਪਹੁੰਚਾਈਆਂ ਹਨ ਤਾਂ ਜੋ ਕੋਵਿਡ ਦੇ ਟਾਈਮ ਦੇ ਉੱਤੇ ਵੀ ਕੋਈ ਮੁਸ਼ਕਲ ਨਾ ਆਵੇ ਤੇ ਇਸ ਤਰ੍ਹਾਂ ਜਿਹੜੀ ਸਾਡੀ ਪੈਡੀ ਪ੍ਰੋਡਕਸ਼ਨ ਆ ਉਹ ਵੀ ਰਿਕਾਰਡ ਹੋਈ ਹੈ। ਔਰ ਜ਼ਿਲ੍ਹੇ ਨੇ ਪਹਿਲਾਂ 1.5 ਲੱਖ ਮੀਟ੍ਰਿਕ ਟਨ ਹੁੰਦਾ ਸੀ ਜਦਕਿ ਇਸ ਵਾਰ ਆਮਦਨ 2.5 ਲੱਖ ਮੀਟ੍ਰਿਕ ਟਨ ਤੱਕ ਹੋਈ ਹੈ ਤੇ ਇਸ ਦੇ ਨਾਲ ਕੋਵਿਡ ਦਾ ਕੋਈ ਵੀ ਕਿਸਾਨੀ ਦੇ ਉੱਤੇ ਅਸਰ ਨਹੀਂ ਹੋਣ ਦਿੱਤਾ ਗਿਆ। ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵਟਸਐਪ ਗਰੁੱਪ ਰਾਹੀਂ ਔਰ ਵਰਚੁਅਲ ਮੀਟਿੰਗ ਦੇ ਰਾਹੀਂ ਅਸੀਂ ਹਮੇਸ਼ਾ ਹੀ ਕੈਂਪ ਲਗਾਉਂਦੇ ਰਹੇ ਹਾਂ ਔਰ ਉਹਨਾਂ ਨੂੰ ਜਾਗਰੂਕ ਕਰਦੇ ਰਹੇ ਹਾਂ।
बिल्कुल काफी कह सकते हैं कि मेहनत तो बाद चाकी जी कड़िया जांदियां ने ते तुसी देखो किस तरह इत्थे मेहनत जिहड़ी है ओह नजर भी इस चाकी दे जरिए आ रही है। कैमरामैन अश्विनी मनहास दे नाल लतिका महेश विजी मीडिया मोहाली।